ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਦਾਬ ਸਾਰਿਆਂ ਨੂੰ, ਅਸਲਾਮ ਵਾਲੇਕੁਮ। ਮੈਂ ਹੈਗਾ ਇਸ ਵੇਲੇ ਪਿੰਡ ਔਜਲਾ, ਮਨਜੀਤ ਉਸਤਾਦ ਜੀ ਦੇ ਪਿੰਡ ਕਪੂਰਥਲੇ, ਅਤੇ 5 ਦਿਨ ਹੋ ਗਏ ਸਾਨੂੰ ਇੱਧਰ ਆਏ ਨੂੰ। ਸਾਨੂੰ ਨਹੀਂ ਪਤਾ ਵੀ ਇੱਧਰ ਆਪਣਾ ਵੀ ਕੋਈ ਵਾਕਫ ਭਰਾ ਹੋਣਾ ਜਿਹਨੇ ਕਬੂਤਰ ਰੱਖੇ ਆ। ਆਪਾਂ ਬੜਾ ਮੁਸ਼ਕਿਲ ਹੋਊਗਾ ਮੁੰਡੇ ਛੁੰਡੇ ਫੜ ਕੇ ਨਾ, ਵੀ ਸਾਨੂੰ ਸ਼ੌਂਕ ਕਰਾ ਦਿਉ। ਅੱਜ ਥੋੜ੍ਹਾ ਜਿਹਾ ਟਾਈਮ ਹੈ ਅਤੇ ਅਸੀਂ ਰਣਜੀਤ ਭਾਈ ਦੇ ਘਰ ਆਏ। ਜਦੋਂ ਮੈਂ ਇਹਨਾਂ ਦੇ ਦਰਵਾਜ਼ੇ ਚੜਿਆ ਤੇ ਇਹਨੇ ਕਿਹਾ ਕਮਲ ਅਰੋੜਾ ਭਾਅ ਜੀ। ਮੈਂ ਕਿਹਾ ਹਾਂਜੀ ਭਾਅ ਜੀ। ਕਹਿੰਦੇ ਮੈਂ ਸਮਾਨ ਮੰਗਵਾਉਣਾ ਤੁਹਾਡੇ ਕੋਲੋਂ, ਤੁਹਾਡੇ ਸਟੋਰ ਤੋਂ। ਅਤੇ ਰਣਜੀਤ ਭਾਅ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਗਿਣਤੀ ਦੇ 4-6 ਨੱਗ ਰੱਖੇ ਆ ਅਤੇ ਮਨਜੀਤ ਭਾਅ ਜੀ ਨੂੰ ਸ਼ੌਂਕ ਕਰਾਇਆ। ਬਹੁਤ ਹੀ ਵਧੀਆ ਕਬੂਤਰ ਹੈ ਮਲਵਈ, ਆ ਜਾਓ ਨੇੜੇ, ਤੁਹਾਨੂੰ ਕਰਾਈਏ ਸ਼ੌਂਕ। ਇਹ ਜੌਨ ਸਿਰਾ ਕਬੂਤਰ ਹੈ ਜੀ, ਖੱਟੀਆਂ ਅੱਖਾਂ ਦਾ। ਮੈਂ ਅੱਜ ਔਰ ਭਾਅ ਜੀ ਕਹਿੰਦੇ ਨੇ ਬੱਚੇ ਸ਼ਾਮ ਸ਼ਾਮ ਉੱਡਣ ਨੇ 6-6 ਪੰਜਾਬ ਚ। ਭਾਅ ਜੀ ਫੇਰ ਅੱਖ ਦਿਖਾਓ ਤੇ ਸੋਨੂ ਨਾ ਵਾ ਭਾਅ ਜੀ ਦਾ ਜਿਨ੍ਹਾਂ ਦੇ। ਔਰ ਮੈਨੂੰ ਪਤਾ ਨਹੀਂ ਸੀ ਕਿ ਸਾਡੇ ਚਾਚੇ ਤਾਂ ਇਹਦਾ ਮੁੰਡਾ ਕਬੂਤਰਬਾਜ਼ ਹੈ। ਤੇ ਉਹ ਸੋਨੂ ਕਹਿੰਦਾ ਮੈਂ ਛੋਟੇ ਹੁੰਦਾ ਤੁਹਾਨੂੰ ਦੇਖਦਾ ਰਿਹਾ ਇੱਥੇ ਕਬੂਤਰ ਮੈਨੂੰ। ਅੱਜ ਮੈਂ ਵੀਡੀਓ ਪੰਜਾਬੀ 'ਚ ਕਰ ਰਿਹਾ ਕਿਉਂਕਿ ਅਸੀਂ ਪੰਜਾਬ 'ਚ ਖੜੇ ਹਾਂ ਅਤੇ ਉਸਤਾਦ ਜੀ ਸਾਡੇ ਨਾਲ ਨੇ ਅਤੇ ਸੋਨੂ ਭਾਅ ਜੀ ਆਪਣਾ ਕਬੂਤਰਾਂ ਦਾ ਸ਼ੌਂਕ ਕਰਾ ਰਹੇ ਆ। ਖੁੱਡੇ ਬਣਾਉਣੇ ਸ਼ੁਰੂ ਕਰੀਏ ਅਤੇ ਉਹ ਖੁੱਡਾ ਬਣਾ ਬਣਾਇਆ ਤਿਆਰ ਮਿਲ ਗਿਆ ਭਾਅ ਜੀ ਤੁਹਾਨੂੰ। ਆਹ ਵਿੱਚ ਕਬੂਤਰ ਇੱਦਾਂ ਨਹੀਂ ਦਿਖਾਈਦਾ ਭਾਅ ਜੀ, ਲਿਆਓ ਭਾਅ ਜੀ ਦਿਖਾ ਦਿਓ ਬਾਈ। ਸੋਨੂ ਬਾਈ ਸਿੱਧਾ ਸਾਦਾ ਜੱਟ ਬੰਦਾ ਵਾ, ਭੋਲਾ ਪਾਲਾ ਜਿਹਾ, ਇਹਦੀ ਪਰਸਨੈਲਿਟੀ ਵੀ ਇੱਦਾਂ ਦੀ ਆ। ਇਹ ਹੁਣ ਧੁੱਪ ਚਲੀ ਗਈ ਨਹੀਂ ਤੇ ਪਿਓਰ ਹਰੀਆਂ ਅੱਖਾਂ ਦੇ ਵਿੱਚ ਕਬੂਤਰ ਆਈ। ਬਿਲਕੁਲ ਭਾਈ ਉਸਤਾਦ ਜੀ ਸਹੀ ਕਹਿ ਰਹੇ, ਬਿਲਕੁਲ ਸਹੀ ਗੱਲ। ਭੁਪਿੰਦਰ ਭਾਈ ਨੇ ਵੀ ਦਿਖਾਏ ਸੀ ਕਬੂਤਰ ਨਾ, ਭੁਪਿੰਦਰ ਭਾਈ ਕੋਲ ਵੀ ਨੇ ਹਰੀਆਂ ਅੱਖਾਂ ਦੀ, ਉਹਨਾਂ ਨੇ ਪਿਕਚਰ ਦਾਈ ਸੀ ਆਪਣੇ ਘਰੇ ਬੈਠੇ ਇੱਥੇ। ਲਓ ਜੀ ਨਵਦੀਪ ਭਾਅ ਜੀ ਜਰਮਨ ਵਾਲੇ ਕਹਿੰਦੇ ਭਾਅ ਜੀ ਨਾਲ ਵੀਡੀਓ ਬਣਾਉਣੀ ਆ, ਭਾਅ ਜੀ ਨਾਲ ਵੀਡੀਓ ਬਣਾਉਣੀ ਆ। ਲਓ ਬਣ ਗਈ ਨਵਦੀਪ ਭਾਅ ਜੀ ਵੀਡੀਓ ਸਾਡੀ, ਮਨਜੀਤ ਉਸਤਾਦ ਜੀ ਦੀ। ਪੱਲਾ ਦੇਖੋ ਜੀ ਕਿੱਡੇ ਸੋਹਣੇ ਕਬੂਤਰ ਆ। ਮੈਂ ਸਰਪ੍ਰਾਈਜ਼ ਆ ਕਿ ਮੈਂ ਬਿਲਕੁਲ ਹੋ ਰਿਹਾ ਭਾਅ ਜੀ ਦਾ। ਦੇਖੋ ਆ ਭਾਅ ਜੀ ਦਾ, ਇਹ ਭਾਅ ਜੀ ਦਾ ਸਾਹਮਣੇ ਕੋਠਾ ਰਿਹਾ ਜੀ, ਪਰਲੇ ਬੰਨੇ। ਇਹ ਇਸ ਜਿਹੜੀ ਇਹ ਕੰਧ ਬੰਨੀ ਹੈ, ਜਿਹੜਾ ਕੋਠਾ ਬਣਿਆ ਦੇ ਪਿੱਛੇ ਆ, ਜਿੱਥੇ ਹਰਾ ਰੰਗ ਜਿਹਾ ਲੱਗਿਆ ਉਹ ਥੱਲੇ ਦਿਖਾਉਂਦੇ ਆ ਜੀ ਤੁਹਾਨੂੰ। ਇਹਦਾ ਪੱਲਾ ਚੈੱਕ ਕਰੋ ਤੁਸੀਂ, ਬਿਲਕੁਲ। ਸੋਨੂ ਭਾਅ ਜੀ ਨੇ ਗਿਣਤੀ ਦੇ 4 ਕਬੂਤਰ 4 ਜੋੜੇ ਰੱਖੇ ਆ ਬਸ। ਕਹਿੰਦਾ ਇਹਨਾਂ ਦੇ ਬੱਚੇ ਸਾਰਿਆਂ ਦੇ ਸ਼ਾਮ ਹੀ ਉੱਡੇ ਨੇ 6-6 ਵਜੇ ਯਾਰ, ਬਹੁਤ ਹੀ ਮਜ਼ਾ ਆਇਆ। ਇਹ ਭਾਈ ਦਾ ਖੁੱਡਾ ਵਾ ਤੇ ਅਸੀਂ ਸੋਚ ਰਹੇ ਆ ਛੱਤ ਇੱਥੇ ਬਣਾਈ ਆ ਆਪ, ਹੁਣ ਤੇ ਉਹ ਸਾਡੇ ਭਤੀਜੇ ਛੱਤ ਬਣੀ ਹੋਈ ਆਲਰੇਡੀ ਪਤਾ ਅੱਜ ਲੱਗਾ ਸਾਨੂੰ। ਨਿਹੰਗ ਸਿੰਘ ਜਿਹੜੇ ਨੇ ਫੇਮਸ ਕਬੂਤਰ ਖਿਡਾਰੀ ਘੜੰਗਾ ਵਾਲੇ, ਮੋਜੇ ਕਬੂਤਰ। ਆਹ ਦੇਖੋ ਗੁਲਾਬੀ ਪਲਕਾਂ 'ਚ, ਅੱਖ 'ਤੇ ਫੋਕਸ ਕਰ ਮੇਰਾ ਵੀਰ, ਵੱਡਾ ਕਰ, ਦੋ ਕਰਦੇ ਉੱਥੋਂ, ਬਸ ਦੋ ਕਰਦੇ। ਹਾਂ ਗੁਲਾਬੀ ਡੋਰਿਆਂ ਦਾ ਆਹ ਕਬੂਤਰਾਂ ਦਾ ਮੈਨੂੰ ਬੜਾ ਹੀ ਸ਼ੌਂਕ ਹੈ ਜੀ। ਆਹ ਜਿਹੜੇ ਕਬੂਤਰ ਨਾਲ ਡੱਕੇ ਵਾਲੇ ਮੈਨੂੰ ਬਹੁਤ ਪਸੰਦ ਹੈ। 6 ਕਬੂਤਰ ਆ ਗਿਣਤੀ ਦੇ, ਉਹੀ ਸਾਰੇ ਦਿਖਾਉਂਦਾ ਹਾਂ 6-7। ਇੱਕ ਯਾਦਗਾਰ ਵੀਡੀਓ ਉਸਤਾਦ ਮਨਜੀਤ ਸਿੰਘ ਔਜਲਾ ਨਾਲ ਮਲਵਈ ਕਬੂਤਰਾਂ ਦੀ ਜੀ। ਲਓ ਜੀ ਸ਼ੌਂਕ ਕਰੋ ਹੁਣ ਇੱਕ ਹੋਰ ਕਬੂਤਰੀ ਦਾ। ਆ ਜੀ ਸ਼ੌਂਕ ਕਰੋ ਜੀ। ਇਹਨਾਂ ਦੀਆਂ ਬੱਚੀਆਂ ਕੋਲ ਇਹ ਗੋਲ ਇਹ ਕਦੀ ਇਹਨੇ ਕੱਪੜੇ ਚ ਜਿੱਦੀ ਕਰਨ ਨਹੀਂ ਤਾਂ ਆਈ ਨੂੰ।
ਬਾਈ ਨੇ ਗਿਣਤੀ ਦੇ ਚਾਰ ਨਗ ਰੱਖੇ ਆ ਪਰ ਸਾਰੇ ਸਿਰੇ ਦੇ ਰੱਖੇ ਬਾਈ ਨੇ ਗਿਣਤੀ ਦੇ ਚਾਰ ਨਗ ਰੱਖੇ ਆ ਪਰ ਸਾਰੇ ਸਿਰੇ ਦੇ ਰੱਖੇ ਕਿਉਂ ਮਨਜੀਤ ਸਾਰੇ ਦੌੜਾ ਤੇ ਜਿਹੜੇ ਹੋ ਗਏ ਇਹਨਾਂ ਕੋਲ ਸੀਗੇ ਬਸ ਆਪਣੀ ਚੋਇਸ ਦੇ ਰੱਖ ਲਏ ਛੇ ਕਬੂਤਰ ਇਹ ਰਿਜਲਟਡ ਕਬੂਤਰ ਆ ਜੀ ਇਹਨਾਂ ਕੋਲ ਦੇਖੋ ਦੋਸਤੋ ਬਹੁਤ ਸੋਹਣਾ ਮੌਸਮ ਹੋਇਆ ਹੈ ਅਤੇ ਅੱਜ ਬੜੀ ਖੁਸ਼ੀ ਹੈਗੀ ਉਸਤਾਦ ਜੀ ਦੇ ਪਿੰਡ ਅਸੀਂ ਸ਼ੌਂਕ ਕਰ ਰਹੇ ਹਾਂ ਜੱਦੀ ਪਿੰਡ ਉਹਨਾਂ ਦੇ ਔਜਲਾ ਆਹ ਦੇਖੋ ਜੀ ਲਓ ਜੀ ਸ਼ੌਂਕ ਕਰੋ ਜੀ ਸਿਆਣੇ ਆ ਉਹ ਸਿਆਣੇ ਇਹ ਰਾਤ ਨੂੰ ਗੁੱਛਾ ਮਾਰ ਕੇ ਗਏ ਆ ਸਮਝ ਜਾਂਦੇ ਆ ਇਹ ਚੱਕਰ